ਇਸ ਦੇ ਬਾਵਜੂਦ ਕਿ ਪੰਜਾਬ ਚ ਸੜਕ ਹਾਦਸਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਇੱਥੇ ਮੁਲਕ ਚ ਸ਼ਾਇਦ ਸਭ ਤੋਂ ਮਾੜੀ ਟ੍ਰੈਫਿਕ ਮੈਨੇਜਮੈਂਟ ਪ੍ਰਣਾਲੀ ਹੈ ਇਸ ਹਕੀਕਤ ਦੇ ਮੱਦੇਨਜ਼ਰ ਜਿਹੜੇ ਪੰਜਾਬ ਦੇ ਟ੍ਰੈਫਿਕ ਐਡਵਾਈਜ਼ਰ ਨਵਦੀਪ ਅਸੀਜ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੁਝਾਅ ਦਿੱਤੇ ਨੇ ਉਹ ਕਾਬਲੇ ਤਾਰੀਫ਼ ਨੇ ਉਹਨਾਂ ਕਹਿਆ ਹੈ ਕਿ ਹਰਿਆਣਾ ਵਾਂਗੂ ਪੰਜਾਬ ਨੂੰ ਵੀ ਚਾਹੀਦਾ ਹੈ ਕਿ ਟੋਲ ਪਲਾਜ਼ਾ ਉਤੇ ਚੈੱਕਪੋਸਟ ਲਾਈਆਂ ਜਾਣ ਤਾਂ ਕਿ ਲੋਕ ਸ਼ਰਾਬੀ ਕੇ ਗੱਡੀਆਂ ਨਾ ਚਲਾਉਣ ਪਰ ਸਿਰਫ ਇਹੋ ਜਿਹਾ ਕੁਝ ਕਦਮ ਚੁੱਕਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਸਾਰੀ ਟ੍ਰੈਫਿਕ ਮੈਨੇਜਮੈਂਟ ਪ੍ਰਣਾਲੀ ਦੀ ਇੱਕ ਬੜੇ ਵੱਡੇ ਪੱਧਰ ਤੇ ਰਦੋਬਦਲ ਦੀ ਲੋੜ ਹੈ ਮੰਗਲਵਾਰ ਦੀ ਟਾਈਮਸ ਆਫ ਇੰਡੀਆ ਚ ਉਸਦੇ ਰਿਪੋਰਟਰ ਵਿਭੋਰ ਮੋਹਨ ਦੀ ਰਿਪੋਰਟ ਕਾਫੀ ਹੱਦ ਤੱਕ ਅਸਲੀਅਤ ਉਜਾਗਰ ਕਰਦੀ ਹੈ ਸਾਰੇ ਪੰਜਾਬ ਰਾਜ ਚ ਸਿਰਫ 2200 ਟ੍ਰੈਫਿਕ ਪੁਲਿਸਮੈਨ ਤਾਇਨਾਤ ਨੇ ਇਸ ਦੇ ਮੁਕਾਬਲੇ ਚੰਡੀਗੜ੍ਹ ਵਰਗੇ ਛੋਟੇ ਜਿਹੇ ਸ਼ਹਿਰ ਚ 600 ਅਤੇ ਦਿੱਲੀ ਚ ਕਰੀਬ 5000 ਟ੍ਰੈਫਿਕ ਕਰਮਚਾਰੀ ਡਿਊਟੀ ਦੇ ਰਹੇ ਨੇ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਜੇ 1 ਲੱਖ ਪੋਪੂਲੇਸ਼ਨ ਮਗਰ ਟ੍ਰੈਫਿਕ ਪੁਲਿਸਮੈਨ ਦੀ ਗਿਣਤੀ ਕਰੀਏ ਤਾਂ ਪੰਜਾਬ ਚ ਸਿਰਫ 8 ਪੁਲਿਸ ਵੜੇ ਨੇ ਇਸ ਦੇ ਮੁਕਾਬਲੇ ਦਿੱਲੀ ਚ 1 ਲੱਖ ਪੋਪੂਲੇਸ਼ਨ ਮਗਰ 30 ਅਤੇ ਚੰਡੀਗੜ੍ਹ ਚ 60 ਟ੍ਰੈਫਿਕ ਵੜੇ ਤਾਇਨਾਤ ਨੇ ਸਾਨੂੰ ਸਾਰੇ ਲੋਕਾਂ ਨੂੰ ਪੰਜਾਬ ਸਰਕਾਰ ਉੱਪਰ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਇੱਕ ਟੁਕਵਾ ਟ੍ਰੈਫਿਕ ਮੈਨੇਜਮੈਂਟ ਤੇ ਪਲਾਨ ਬਣਾਵੇ ਤੇ ਬਣਾ ਕੇ ਉਸ ਨੂੰ ਲਾਗੂ ਕਰੇ ਇਸ ਦੇ ਬਹੁਤ ਸਾਰੇ ਪਹਿਲੂ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਪ੍ਰੋਪਰ ਸਿਸਟਮ ਹੋਣਾ ਚਾਹੀਦਾ ਵੱਡੀਆਂ ਅਤੇ ਸ਼ਹਿਰ ਦੀਆਂ ਸੜਕਾਂ ਵਾਸਤੇ ਰੂਲਸ ਅਤੇ ਰੈਗੂਲੇਸ਼ਨ ਬਣਾਉਣੇ ਚਾਹੀਦੇ ਨੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਉੱਪਰ ਬਹੁਤ ਸਖਤੀ ਦੀ ਲੋੜ ਹੈ ਯਾਨੀ ਜ਼ੀਰੋ ਟੋਲਰੈਂਸ ਦੀ ਲੋੜ ਹੈ ਹੋਰ ਵੀ ਕਈ ਕੁਝ ਕਰਨ ਦੀ ਲੋੜ ਹੈ ਪਰ ਸਭ ਤੋਂ ਜ਼ਰੂਰੀ ਹੈ ਕਿ ਘਟੋ ਘਟ ਟ੍ਰੈਫਿਕ ਪੁਲਿਸ ਵਿੱਚ 10 ਤੋਂ 15000 ਲੋਕ ਪੰਜਾਬ ਦੇ ਵਿੱਚ ਤਾਇਨਾਤ ਕੀਤੇ ਜਾਣ ਇਹ ਠੀਕ ਹੈ ਕਿ ਪਿਛਲੇ ਸਾਲ ਲਗਭਗ 10 ਲੱਖ ਲੋਕਾਂ ਦਾ ਪੰਜਾਬ ਦੀ ਟ੍ਰੈਫਿਕ ਪੁਲਿਸ ਨੇ ਚਲਾਨ ਕੀਤਾ ਪਰ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਲੱਗਦਾ ਇਹ ਇਸ ਲਈ ਕਿ ਇਹ ਚਲਾਨ ਕਿਸੇ ਸਿਸਟਮ ਦੇ ਤਹਿਤ ਨਹੀਂ ਕੀਤੇ ਗਏ ਲੋੜ ਹੈ ਸੜਕ ਉੱਤੇ ਹਰ ਇੱਕ ਨਾਗਰਿਕ ਨੂੰ ਬਰਾਬਰੀ ਦੇਣ ਦੀ ਔਰ ਅਸੀਂ ਆਸ ਕਰਦੇ ਹਾਂ ਕਿ ਹਾਈ ਕੋਰਟ ਇਹਨਾਂ ਚੀਜ਼ਾਂ ਦਾ ਜਾਇਜ਼ਾ ਲਵੇਗਾ ਤੇ ਸਰਕਾਰ ਨੂੰ ਲੁੜਿੰਦੀਆਂ हिदायतां जारी करे